ਸਿਆਸਤ ਵਪਾਰ ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਦੀ ਹਰ ਵੱਟੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਤੀਨ ਨੰਬਰ 1 ਨਿਊਜ਼ ਐਪ ਦੇਨਿਕ ਸਿਰਾ ਟਾਈਮਸ ਇਹ ਮੇਦਰ ਸਰਕਾਰ ਹੈ ਪ੍ਰਸ਼ਾਸਨ ਹੈਗਾ ਇਹ ਪ੍ਰਸ਼ਾਸਨ ਹੈ ਜਦੋਂ ਧਿਆਨ ਨਾਲ ਉਹਦਾ ਜਿਹੜਾ ਬਿਲਡਿੰਗ ਡਿੱਗਦੀ 100 ਸਾਲ ਪਹਿਲਾਂ ਵੀ ਥੋੜਾ ਜਿਹਾ ਹੀ ਸੈ ਡ ਗਿਆ ਸੀ। ਜੇ ਉਦੋਂ ਵੀ ਬਚਾ ਸਕਦੇ ਸੀ ਪਰ ਨਹੀਂ ਬਚਾਇਆ ਨਹੀਂ ਗਿਆ। ਇਧਰ ਦਾ ਕਲਚਰ ਆ ਲੋਕ ਇੱਥੇ ਦੇਖਣ ਆਉਂਦੇ ਨੇ ਕਿ ਇੱਥੇ ਸ਼ੀਦੀ ਜੋੜ ਮੇਲਾ ਲੱਗਦਾ ਉਦੋਂ ਵੀ ਲੋਕ ਦੇਖਣ ਆਉਂਦੇ ਹੈ ਪੰਡ ਜਾਲ ਦਾ ਨਹਿਰ DJ ਯਾਤਰਾ ਕਿਸ ਤਰ੍ਹਾਂ ਹੋ ਜੀ। ਪੰਜਾਬੀ ਵਿੱਚ ਇੱਕ ਬੋਲੀ ਬੜੀ ਹੀ ਮਸ਼ਹੂਰ ਹੈ ਜੈਤੋ ਦਾ ਕਿਲਾ ਵਿਖਾ ਦੂ ਜੇ ਕੱਡੀ ਮਾਦੀ ਗਾਲ ਅੱਜ ਉਸ ਕਿਲੇ ਦਾ ਜੋ ਆਖਰੀ ਦਰਵਾਜ਼ਾ ਸੀਗਾ ਉਹ ਟੈਟੇਰੀ ਹੋ ਚੁੱਕਿਆ ਹੈ। ਇਹ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਹਾਂ ਇਤਿਹਾਸ ਦੀ ਗੱਲ ਕਰੀਏ ਕਾਫੀ ਇਤਿਹਾਸਿਕ ਜਗ੍ਹਾ ਹੀ ਹੈਗੀ ਹੈ। ਜੇਤੋ ਦਾ ਇਹ ਕਿਲਾ ਹੁੰਦਾ ਸੀਗਾ ਜਿਸ ਦਾ ਇਹ ਦਰਵਾਜ਼ਾ ਹੁੰਦਾ ਸੀਗਾ ਤੇ ਇਸ ਦੇ ਵਿੱਚ ਜੇਲ੍ਹ ਵੀ ਬਣਾਈ ਗਈ ਸੀ ਜਿਸ ਵਿੱਚ ਕੀ ਤੁਸੀਂ ਉਹ ਸਾਹਮਣੇ ਵੇਖ ਰਹੇ ਹੋ ਜੋ ਦਰਵਾਜ਼ਾ ਡਿੱਗਿਆ ਹੋਇਆ ਉਹ ਉਸ ਕੋਠੜੀ ਸੀਗੀ ਇੱਕ ਤਰੀਕੇ ਦੀ ਜਿੱਥੇ ਦੱਸਿਆ ਜਾਂਦਾ ਹੈ ਕਿ ਜੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਪੰਡਿਤ जवाहरलाल नेहरू ਜਦੋਂ ਉਹ ਪਹਿਲੀ ਵਾਰ ਇੱਥੇ ਆਏ ਸੀਗੇ ਇੱਥੇ ਉਹਨਾਂ ਨੂੰ ਕੈਦ ਕੀਤਾ ਗਿਆ ਸੀ ਇੱਥੇ ਨੂੰ ਰੱਖਿਆ ਗਿਆ ਸੀ ਇਤਿਹਾਸਿਕ ਹੈ ਪੂਰਾ ਜੋ ਕਿਲਾ ਸੀਗਾ ਪੂਰਾ ਇਤਿਹਾਸਿਕ ਸੀਗਾ ਇਹ ਜੇਲ ਦੱਸੀ ਜਾਂਦੀ ਹੈ ਜਿਸ ਵਿੱਚ ਕਿ ਉਹਨਾਂ ਨੂੰ ਰੱਖਿਆ ਗਿਆ ਸੀ ਇਹ ਗੇਟ ਹੈ ਹਾਲਾਂਕਿ ਕੁਝ ਸਮੇਂ ਤੱਕ ਪਹਿਲੇ ਤਾਂ ਕਹਿੰਦੇ ਜੋ ਹੈ ਕੋਠਰੀ ਵਿਰਾਜ਼ਮਾਨ ਸੀਗੀ ਕੋਠਰੀ ਇੱਥੇ ਦੇਖਣ ਨੂੰ ਮਿਲਦੀ ਸੀਗੀ ਪਰ ਅੱਜ ਦੀ ਗੱਲ ਕਰੀਏ ਤਾਂ ਇਹ ਪੂਰੇ ਤਰੀਕੇ ਨਾਲ ਟੈਟੇਰੀ ਹੋ ਚੁੱਕਾ ਹੈ ਜੋ بارش ਚੱਲ ਰਹੀ ਹੈ ਲਗਾਤਾਰ ਰੁਕ ਰੁਕ ਕੇ بارش ਹੋ ਰਹੀ ਹੈ ਉਸਨੇ ਇਸ ਨੂੰ ਪੂਰੇ ਤਰੀਕੇ ਨਾਲ ਟੈਟੇਰੀ ਕਰ ਦਿੱਤਾ ਹੈ ਤੁਹਾਨੂੰ ਤਸਵੀਰਾਂ ਰਾਹੀਂ ਦਿਖਾ ਦਿੰਦੇ ਆ ਕਿ ਹਾਲਾਤ ਜੋ ਹੈ ਇਸ ਦੇ ਅੱਜ ਕੀ ਨੇ ਛੋਟੀ ਇੱਟਾਂ ਜੋ ਹੁੰਦੀਆਂ ਸੀਗੀਆਂ ਉਹ ਇਸ ਵਿੱਚ ਉਹਨਾਂ ਨਾਲੇ ਬਣੀ ਹੋਈ ਹੈ ਯਾਨੀ ਕਿ ਇਤਿਹਾਸਿਕ ਨਿਸ਼ਾਨੇ ਦੀ ਗੱਲ ਕੀਤੀ ਜਾਵੇ ਤਾਂ ਉਹ ਹੈਗੀ ਹੈ ਦੂਜੇ ਪਾਸੇ ਦੀ ਗੱਲ ਕਰੀਏ ਆਪਾਂ ਤਾਂ ਤੁਹਾਨੂੰ ਪਰਲੇ ਪਾਸੇ ਤਸਵੀਰਾਂ ਦਿਖਾ ਦਿੰਨੇ ਆ ਸੀ ਇਹ ਦੀਵਾਰਾਂ ਨੇ ਕਿਲੇ ਦਿਆਂ ਗੇਟ ਦਿਆਂ ਇਹ ਵੀ ਤੁਸੀਂ ਵੇਖ ਸਕਦੇ ਹੋ ਕਿ ਪ੍ਰਾਚੀਨ ਬੇਸ਼ਕ ਪੁਰਾਤਤਵ ਵਿਭਾਗ ਜੋ ਹੈ ਉਸ ਵੱਲੋਂ ਵੀ ਕਿਤਨਾ ਕਿਤੇ ਕਿਹਾ ਜਾਂਦਾ ਸੀ ਕਿ ਇਸ ਦਾ ਰੱਖ-ਰਖਾਵ ਕੀਤਾ ਜਾ ਰਿਹਾ ਹੈ ਅਤੇ ਜੇਕਰ ਫੰਡ ਦੀ ਗੱਲ ਕੀਤੀ ਜਾਵੇ ਕਰੋੜਾ ਰੁਪਇਆ ਦੱਸਿਆ ਜਾ ਰਿਹਾ ਹੈ ਕਿ ਜੋ ਇੱਥੇ ਵchnik ਨੇ ਉਹ ਦੱਸਦੇ ਨੇ ਕਰੋੜਾ ਰੁਪਇਆ ਇਸ ਦੇ ਰੱਖ-ਰਖਾਵ ਲਈ ਆਇਆ ਪਰ ਜੋ ਹਾਲਤ ਇਸਦੇ ਅੱਜ ਹੋ ਗਈ ਹੈ ਉਸ ਦਾ ਨਤੀਜਾ ਤੁਹਾਡੇ ਸਾਹਮਣੇ ਜੇਕਰ ਫੰਡਾ ਸਹੀ ਇਸਤੇਮਾਲ ਹੁੰਦਾ ਤਾਂ ਇਸਦੇ ਅੱਜ ਇਹ ਹਾਲਾਤ ਨਾ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਇਹ ਬੜੀ ਖੂਬਸੂਰਤੀ ਨਾਲ ਬਣਾਇਆ ਗਿਆ ਜਿਸ ਵਕਤ ਇਹ ਬਣਾਇਆ ਗਿਆ ਹੋਣਾ ਸਾਹਮਣੇ ਗੱਲ ਕਰੀ ਤਾਂ ਉਹ ਕੋਠਰੀ ਸੀਗੀ ਜਿੱਥੇ ਕਿ ਤੁਹਾਨੂੰ ਦਿਖਾਉ ਉਸ ਤੋਂ ਪਹਿਲਾਂ ਅਸੀਂ ਦਿਖਾ ਰਹੇ ਸੀਗੇ ਆਹ ਕੋਠਰੇ ਦਾ ਦਰਵਾਜ਼ਾ ਹੈ ਜੋ ਕਿ ਡਿੱਗਿਆ ਹੋਇਆ ਅਤੇ ਜੈਤੋ ਦਾ ਕਿਲਾ ਕਿਹਾ ਜਾਂਦਾ ਸੀਗਾ ਬੋਲੀਆਂ ਵਿੱਚ ਆਮ ਤੌਰ ਤੇ ਜੈਤੋ ਦਾ ਨਾਮ ਆਉਂਦਾ ਤਾਂ ਇਸ ਦਾ ਜੋ ਜ਼ਿਕਰ ਜੋ ਹਜਰੂਰ ਹੁੰਦਾ ਹੈ ਉਹ ਸਾਹਮਣੇ ਜੋ ਹੈ ਕੁੰਡਾ ਤੁਸੀਂ ਦੇਖ ਰਹੇ ਹੋ ਉਸ ਦਾ ਜੋ ਕੋਠਰੀ ਸੀ ਜਿੱਥੇ ਪੰਡੇ ਜਵਾਲਾ ਨਹਿਰੋ ਨੂੰ ਕੈਦ ਕੀਤਾ ਗਿਆ ਸੀਗਾ ਉਸ ਦੀ ਹੈਗੀ ਪਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਇਹ ਬੁਰੇ ਤਰੀਕੇ ਨਾਲ ਟੈਟਰੀ ਹੋ ਗਿਆ ਇੱਥੇ ਡਿੱਗ ਚੁੱਕਿਆ ਹੈ ਇੱਥੇ ਲੋਕਾਂ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ ਕਿ ਇਸ ਪੂਰੇ ਮਾਮਲੇ ਤੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਹਾਲਾਂਕਿ ਤਸਵੀਰਾਂ ਜੋ ਫਿਲਹਾਲ ਦੀਆਂ ਨਹੀਂ ਇਹੀ ਕੁਝ ਬਿਆਨ ਕਰ ਰਹੇ ਨੇ ਕਿ ਫੰਡਾ ਸਹੀ ਇਸਤੇਮਾਲ ਨਾ ਹੋਣ ਕਰਕੇ ਇਸ ਦੀ ਅੱਜ ਇਹ ਹਾਲਾਤ ਹੋਏ ਨੇ ਗੁਲਬੀਰ ਸਾਹਿਬ ਨਿਕਰ ਕੇ ਹੁਣ ਦੇ ਇੱਥੇ ਰਹਿੰਦੇ ਰਹੇ ਹਾਂ ਇਤਿਹਾਸ ਦੀ ਗੱਲ ਕਰੀਏ ਇਤਿਹਾਸ ਕਿਸ ਤਰੀਕੇ ਦਾ ਰਿਹਾ ਇਤਿਹਾਸ ਬਧਿਆ ਰਿਹਾ ਇਹ ਪੰਡਜਵਾਲਾ ਨਹਿਰੂ ਦੀ ਸਭ ਤੋਂ ਪਹਿਲੀ ਜੇਲ ਯਾਤਰਾ ਇੱਥੋਂ ਉਹਨਾਂ ਦਾ ਜੀਵਨ ਸਟਾਰਟ ਹੁੰਦਾ ਹੈਗਾ ਇੰਨੀ ਵਧੀਆ ਸੀ ਲੋਕ ਦੂਰੋਂ ਦੂਰੋਂ ਦੇਖਣ ਵਾਸਤੇ ਆਉਂਦੇ ਸੀਗੇ ਵੀ ਪੰਡਜਵਾਲਾ ਨਹਿਰੂ ਨੂੰ ਕਿੱਥੇ ਕੈਦ ਕਰਖਿਆ ਗਿਆ ਅੰਗਰੇਜ਼ਾਂ ਦੇ ਟਾਈਮ ਦਾ ਸਮਾ ਸੀਗਾ ਇਹਦੀ ਜਿਹੜੀ ਬਿਲਡਿੰਗ ਹੈ ਇਹ ਤੁਸੀਂ ਵੇਖ ਰਹੇ ਹੋ ਬੜਾ ਵਧੀਆ ਗੇਟ ਸੀਗਾ ਇਹਦਾ ਤੇ ਇਹਦੀ ਹਾਲਤ ਬਹੁਤ ਮਾੜੀ ਹੈਗੀ ਹੈ ਕੋਰੋਨਾ ਰੁਪਿਆ ਆ ਅਰਬਾਂ ਮਤਲਬ ਕਿ ਖਰਚ ਸਹੀ ਤਰੀਕੇ ਨਾਲ ਨਹੀਂ ਹੋ 100 ਰੁਪਿਆ ਸਹੀ ਤਰੀਕੇ ਨਾਲ ਖਰਚ ਹੋਇਆ ਹੁੰਦਾ ਤਾਂ ਜੇ ਇਹਦੀ ਕਿਲੇ ਦੀ ਹਾਲਤ ਹਾਲਤ ਨਾ ਹੁੰਦੀ ਬੇਸ਼ੱਕ ਕਾਫੀ ਸਮੇਂ ਤੋਂ ਕਾਂਗਰਸ ਦਾ ਰਾਜ ਵੀ ਰਿਹਾ ਹੈ ਦੇਸ਼ ਦੀ ਗੱਲ ਕਰੀਏ ਤਾਂ ਆਪਾਂ ਹਾਲ ਦੀ ਗੱਲ ਦੀ ਗੱਲ ਕਰੀਏ ਤਾਂ ਮੁਹੰਮਦ ਸਦੀਕ ਸਾਹਿਬ ਜੋ ਨੇ ਮੈਂਬਰ ਪਾਰਲੀਮੈਂਟ ਨੇ ਜੈਤੋਤੋਹੀ ਨੇ ਇੱਥੇ ਹੀ ਰਿੰਦਨ ਯਾਤਰਾ ਤਾਂ ਉਹਨਾਂ ਬਾਰੇ ਕੁਝ ਕੀਤਾ ਗਿਆ ਸਿਰਫ ਖਾਣਾ ਪੂਰਤੀ ਕੀਤੀ ਕੀ ਕੋਈ ਖਾਣਾ ਪੂਰਤੀ ਕੀਤੀ ਮੈਂ ਤਾਂ ਕਿਤੇ ਦੇਖਿਆ ਵੀ ਨਹੀਂ ਨਾ ਕਿਤੇ ਸੁਣਿਆ ਵੀ ਮੁਹੰਮਦ ਸਦੀਕ ਜਿੱਥੇ ਕਿਲਾ ਦੇਖਣ ਵਾਸਤੇ ਆਏ ਆ ਜਾਂ ਪੰਡਜੋਲਾ ਨਰਵ ਦੀ ਜੇਲ ਯਾਤਰਾ ਜਿਹੜੀ ਹੋਈ ਆ ਉਹ ਦੇਖਣਾ ਕੇਂਦਰ ਦੇ ਲ ਰਾਹੁਲ ਗਾਂਧੀ ਜੀ ਵੀ ਹੈ ਹੋਰ ਹਰ ਤਰ੍ਹਾਂ ਦੇ ਲੀਡਰ ਇੱਥੇ ਆਂਦੇ ਰਹਿੰਦੇ ਦੇਖਦੇ ਰਹਿੰਦੇ ਹੈਗਾ ਕਾਂਗਰਸ ਦੇ ਹੋਣ ਬੀਜਪੀ ਦੇ ਵੀ ਕਿੱਥੇ ਪੰਡਿਤ ਜਵਾਲਾ ਨਹਿਰੂ ਨੂੰ ਰੇਲ ਯਾਤਰਾ ਰੱਖਿਆ ਹੈ ਸਿੱਧੇ ਤੌਰ ਤੇ ਗੱਲ ਕਰੀਏ ਫੰਡ ਵੀ ਆਏ ਹੈ ਰਖਰਖਾਅ ਦੀ ਗੱਲ ਵੀ ਕੀਤੀ ਜਾਂਦੀ ਹੈ ਅੱਜ ਡਿੱਗ ਚੁੱਕੀ ਹੈ ਬਿਲਡਿੰਗ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਸਰਕਾਰ ਹੈ ਜੀ ਪ੍ਰਸ਼ਾਸਨ ਹੈਗਾ ਇਹ ਪ੍ਰਸ਼ਾਸਨ ਹੈ ਇਸ ਵਾਰ ਧਿਆਨ ਨਾ ਦੇ ਅੱਜ ਬਿਲਡਿੰਗ ਡਿੱਗਦੀ ਨਾ ਪਹਿਲਾਂ ਅੱਧੀ ਘੱਟ ਡਿੱਗੀ ਸੀ ਜੇ ਉਸ ਟਾਈਮ ਵੀ ਕੁਝ ਧਿਆਨ ਦੇ ਦਿੰਦੇ ਅੱਜ ਤੋਂ 1.5 ਸਾਲ ਪਹਿਲਾਂ ਵੀ ਥੋੜਾ ਜਿਹਾ ਹੀ ਸਾਈਡ ਗਿਆ ਸੀ ਜੇ ਉਦੋਂ ਵੀ ਅਸਲ 'ਵਲ ਕੋਈ ਧਿਆਨ ਨਹੀਂ ਦਿੱਤਾ ਗਿਆ ਵੀ ਸਾਡਾ ਕਲਚਰ ਆ ਲੋਕ ਇੱਥੇ ਦੇਖਣ ਆਉਂਦੇ ਹੈਗੇ ਆ ਇੱਥੇ ਸ਼ਿਦੀ ਜੋੜ ਮੇਲਾ ਲੱਗਦਾ ਉਹ ਤੋਂ ਵੀ ਲੋਕ ਦੇਖਣ ਆਉਂਦੇ ਹੈਗੇ ਆ ਪੰਡਜੋਹਾਲਾ ਨਹਿਰ ਦੀ ਜੇਲ੍ਹ ਯਾਤਰਾ ਕਿਸ ਤਰ੍ਹਾਂ ਹੋਈ ਕੀ ਹੈ ਇਤਿਹਾਸ ਹੁਣ ਹੁਣ ਇਸ ਇਲਾਕੇ ਦੀ ਗੱਲ ਕਰੀਏ ਆਪਾਂ ਇੱਥੇ ਥਾਣਾ ਵੀ ਮੌਜੂਦ ਹੈਗਾ ਥਾਣਾ ਵੀ ਅੰਦਰਲੇ ਪਾਸੇ ਬਣਿਆ ਹੋਇਆ ਹੈ ਇਹ ਕਿਲਾ ਇਹ ਅਸਲ ਵਿੱਚ ਕਿਲਾ ਸੀਗਾ ਜਿਸ ਨੂੰ ਕਿਹਾ ਜਾਂਦਾ ਕਿ ਜੈਤੋ ਦਾ ਕਿਲਾ ਦਿਖਾ ਦੂ ਹਾਂ ਜੈਤੋ ਦਾ ਕਿਲਾ ਮਤਲਬ ਕਿ ਥਾਣਾ ਹੀ ਸੀਗਾ ਥਾਣੇ ਦੇ ਵਿੱਚ ਹੀ ਕੈਦਖਾਨਾ ਬਣਿਆ ਸੀ ਜਿੱਥੇ ਪੰਡਜੋਹਾਲਾ ਨਹਿਰ ਨੂੰ ਰੱਖਿਆ ਹੋਇਆ ਸੀ ਜੇ ਹੁਣ ਕਿਸ ਤਰੀਕੇ ਦੀ ਮੰਗ ਕਰਦੇ ਕਿਉਂਕਿ ਕੁਛ ਇੱਕ ਹਿੱਸਾ ਹੁਣ ਬਸ ਯਾਨੀ ਕਿ ਇੱਕ ਦੀਵਾਰੀ ਜੋ ਹੈ ਅਲਿਏਗੀ ਖੜੀ ਰਹਿ ਗਈ ਇਹਦੀ ਅਸਤਾ ਕੰਨਾ ਵੀ ਪਹਿਲਾਂ ਵਾਲੀ ਸ਼ੇਪ ਦੇ ਕੇ ਇਹਨੂੰ ਜਿਵੇਂ ਪੰਡਤ ਜੀ ਉਹਨਾਂ ਉਸ ਤਰ੍ਹਾਂ ਦੀ ਯਾਦਗਾਰੀ ਬਣਾਈ ਜਾਵੇ ਤਾਂ ਜੋ ਲੋਕ ਜਿਹੜੇ ਬਾਹਰੋਂ ਵੀ ਦੇਖਣ ਵਾਸਤੇ ਇਹਨੂੰ ਆਉਂਦੇ ਸੀ ਦਿੱਲੀ ਤੋਂ ਬੰਬੇ ਤੋਂ ਵੀ ਕਿੱਥੇ ਰੱਖਿਆ ਇੱਥੇ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਹੋਈਆਂ ਹੈਗੀਆਂ ਤਰ੍ਹਾਂ ਤਰ੍ਹਾਂ ਦੀਆਂ ਹੁਣ ਵੀ ਹੋਈਆਂ ਰੀਸੈਂਟਲੀ ਪਿੱਛੇ ਜੇ ਕੁਝ ਦਿਨਾਂ ਦੇ ਵਿੱਚ ਕਾਫੀ ਪਿਕਚਰਾਂ ਦੀ ਸ਼ੂਟਿੰਗ ਵਗੈਰਾ ਹੋਈ ਹੈ ਹੋਰ ਹੋਈ ਹੈ ਹੋਰ ਕਿਤੇ ਉਹ ਜੇਲ੍ਹ ਦਾ ਰੂਪ ਦਿੱਤਾ ਗਿਆ ਹੈਗਾ ਨਾ ਕਿ ਇੱਥੇ ਦਿੱਤਾ ਹੁਣ ਦੇ ਆਪਾਂ ਗੱਲ ਕਰ ਲੈਨੇ ਆ ਕਿ ਹੁਣ ਸਥਿਤੀ ਕੀ ਹੈ ਕਿਉਂਕਿ ਲਗਾਤਾਰ ਡਿਗਰੀ ਹੈ ਬਿਲਡਿੰਗ ਹੁਣ ਤਾਂ ਮਹਿਜ ਕੋਸ਼ਿਸ਼ਾਂ ਹੀ ਬਚਿਆ ਦਾ ਹਿੱਸਾ ਬਚਿਆ ਪਰ ਹੁਣ ਵੀ ਪਚਾ ਸਕਦੇ ਆ ਇਹਨੂੰ ਪਹਿਲਾਂ ਵਾਲੀ ਸ਼ੇਪ ਦਿੱਤੀ ਜਾ ਸਕਦੀ ਹੈ ਜੇ ਕਰੋੜਾਂ ਰੁਪਏ ਜਿਵੇਂ ਪਹਿਲਾਂ ਸਰਕਾਰ ਨੇ ਵੇਚੇ ਜੇ ਤਾਂ ਫੰਡਾਂ ਦੀ ਖੁਰਦਪੁਰਦ ਕਰਨੀ ਹੈ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਫੰਡਾਂ ਫੰਡ ਭੇਜਾਂ ਦਾ ਫੰਡ ਸਹੀ ਤਰੀਕੇ ਨਾਲ ਲੱਗਣ ਸਹੀ ਡੀਸੀ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਦੇਵੇ ਖੁਦ ਆ ਕੇ ਚੈੱਕ ਕਰਨ ਵੀ ਕੀ ਹੋ ਰਿਹਾ ਇੱਥੇ ਆ ਤੁਸੀਂ ਵੇਖਦੇ ਹੋ ਕਰੋੜਾਂ ਰੁਪਏ ਲੱਗਣ ਵਾਲੀ ਕੋਈ ਗੱਲ ਹੈ ਨਹੀਂਗੀ ਗੋਇਲ ਸਾਹਿਬ ਨੇ ਤੁਹਾਨੂੰ ਪੂਰੀ ਗੱਲ ਬਾਤ ਦੱਸੀ ਹੈ ਤੁਹਾਨੂੰ ਇੱਕ ਇਲਾਕੇ ਨਜ਼ਰ ਮਰਵਾਦਣੇ ਆਸ-ਪਾਸੇ ਗੱਲ ਕਰੀਏ ਇਹ ਜੋ ਇਲਾਕਾ ਤੁਸੀਂ ਦੇਖ ਰਹੇ ਹੋ ਇਸ ਵਕਤੇ ਥਾਣੇ ਦੀ ਸਥਿਤੀ ਇੱਥੇ ਥਾਣਾ ਇੱਥੇ ਇਸ ਵਕਤ ਮੌਜੂਦ ਹੈ ਕੋਟ ਜੈਤੋ ਦਾ ਇਸ ਵਕਤ ਇੱਥੇ ਥਾਣਾ ਚੱਲ ਰਿਹਾ ਹੈ ਅਤੇ ਇਹ ਗੇਟ ਜੋ ਹੈ ਇਸ ਨੂੰ ਹੁਣ ਤੱਕ ਵੀ ਸਾਮ ਕੇ ਰੱਖਿਆ ਗਿਆ ਸੀਗਾ ਅਤੇ ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਹੈ ਉਹ ਇਸ ਨੂੰ ਦੇਖ ਸਕੇ ਇਸ ਚੀਜ਼ ਨੂੰ ਸਮਝ ਸਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਦੋਂ ਤੋਂ ਇਹ ਗੱਲ ਬਾਹਰ ਆਈ ਹੈ ਕਿ ਅਥੇ ਜੋ ਹੈ ਬਿਲਡਿੰਗ ਡਿੱਗਣੀ ਸ਼ੁਰੂ ਹੋ ਗਈ ਹੈ ਡਿੱਗ ਗਈ ਹੈ ਬਿਲਡਿੰਗ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਤਮਾਮ ਜੋ ਇਲਾਕਾ ਨਿਵਾਸੀ ਨੇ ਉਹਨਾਂ ਦੇ ਮਨ ਵਿੱਚ ਇੱਕ ਦੁੱਖ ਵੀ ਹੈ ਇੱਕ ਚਿੰਤਾ ਵੀ ਹੈ ਕਿ ਜੇਕਰ ਸਹੀ ਫੰਡਾ ਦਾ ਇਸਤੇਮਾਲ ਹੁੰਦਾ ਜਾਂ ਸਹੀ ਰਖ ਰਖਾਵ ਹੁੰਦਾ ਤਾਂ ਯਕੀਨਨ ਜੋ ਹੈ ਅੱਜ ਇਹ ਦਿਨਾਂ ਦੇਖਣਾ ਪੈਂਦਾ ਅਤੇ ਜੋ ਇਤਿਹਾਸਕ ਚੀਜ਼ਾਂ ਨੇ ਉਹਨਾਂ ਨੂੰ ਸਮਝਿਆ ਜਾ ਸਕਦਾ ਫਿਲਹਾਲ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਜੋ ਲੀਡਰਸ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਕੋਈ ਇਸ ਬਾਰੇ ਜਵਾਬ ਦਿੰਦਾ ਹੈ ਜਾਂ ਫਿਰ ਇਤਿਹਾਸ ਜੋ ਹੈ ਇਸ ਤਰ੍ਹਾਂ ਖੁਰਦਬੁਰ ਹੁੰਦਾ ਰਹੇਗਾ ਇਹ ਵੇਖਣ ਦੀ ਗੱਲ ਹੋਵੇਗੀ ਤਉ ਇਤਿਹਾਸਿਕ ਸਥਲ ਦੋਤੀ ਵਿਖਿਆ ਹੈ ਜੋ ਕਿ ਅੱਜ ਡੈਟੇਰੀ ਹੋ ਚੁੱਕਿਆ ਹੈ ਸੜਨ ਜੈਤੋ ਦੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਗੁਰਸਮ ਮੋਜੂਦ ਨੇ ਸਰ ਸਭ ਤੋਂ ਪਹਿਲੇ ਇਤਿਹਾਸ ਬਾਰੇ ਜੁੜਨਾ ਚਾਹਾਂਗੇ ਕਿ ਇਸ ਕੀ ਕੁ ਸਮੇਟੇ ਹੋਏ ਸੀਗੀ ਇਹ ਬਿਲਡਿੰਗ ਜੋ ਅੱਜ ਡਿੱਗੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸ਼ਹੀਦਾਂ ਦੀ ਧਰਤੀ ਤੇ ਆਏ ਦੂਜੀ ਗੱਲ ਜਿੱਥੇ ਤੱਕ ਇਹ ਜੋ ਇਹ ਆਪਣੀ ਸਮਾਰਕ ਬਣਿਆ ਸੀਗਾ ਜਿਹੜੀ ਜੇਲ ਬਣੀ ਸੀਗੀ ਇਹਦਾ ਇੱਕ ਬਹੁਤ ਵੱਡਾ ਇਤਿਹਾਸ ਹੈ ਜੈਤੋ ਦੀ ਖਾਸ ਕਰਕੇ ਹਿੰਦੁਸਤਾਨ ਦੀ ਪੋਲਿਟਿਕਸ ਦੇ ਵਿੱਚ ਜਦੋਂ ਜੈਤੋ ਦਾ ਮੋਰਚਾ ਲੱਗਿਆ ਤਾਂ ਉਸ ਵਕਤ ਪੰਡਤ ਜਵਾਹਰ ਲਾਲ ਨਹਿਰੂ ਜੀ ਜੋ ਸਾਡੇ ਹਿੰਦੁਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਉਹ ਜੈਤੋ ਮੋਰਚੇ ਦੇ ਵਿੱਚ ਆਏ ਕਿਉਂਕਿ ਉਸ ਵਕਤ ਜੈਤੋ ਮੋਰਚੇ ਦੇ ਵਿੱਚ ਲੱਖਾਂ ਹੀ ਹਜ਼ਾਰਾਂ ਹੀ ਨਿਰਦੋਸ਼ ਸਿੱਖ ਲੋਕ ਮਾਰੇ ਗਏ ਸਨ ਉਸ ਪ੍ਰੋਟੈਸਟ ਦੇ ਵਿੱਚ ਉਹ ਇੱਥੇ ਆਏ ਤੇ ਪਰੰਤੂ ਉਸ ਵਕਤ ਜੋ ਉਸ ਵੇਲੇ ਰਾਜਾ ਸੀਗੇ ਨਬਰਿਆਸ ਦੇ ਵਿੱਚ ਹੁੰਦੇ ਸੀ ਉਹਨਾਂ ਨੂੰ ਉੱਥੇ ਗ੍ਰਿਫਤਾਰ ਕਰਕੇ ਉਸ ਜੇਲ੍ਹ ਦੇ ਵਿੱਚ ਕਾਲਕੋਟਰੀ ਦੇ ਵਿੱਚ ਬੰਦ ਕਰ ਦਿੱਤਾ ਤਾਂ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਆਪਣੀ ਬਾਇਓਗ੍ਰਾਫੀ ਦੇ ਵਿੱਚ ਲਿਖਿਆ ਕਿ ਮੇਰੀ ਜੋ ਪਹਿਲੀ ਰਾਜਨੀਤਿਕ ਗ੍ਰਿਫਤਾਰੀ ਹੋਈ ਹੋ ਜਾਂ ਤੋਂ ਵੀ ਕਿ ਹੋਈ ਹੈ ਇਸ ਕਰਕੇ ਉਸ ਜਗ੍ਹਾ ਦਾ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਮਤਵ ਹੈ ਸਰ ਇੰਨੀ ਇਤਿਹਾਸਿਕ ਜਗ੍ਹਾ ਉਹ ਹੈਗੀ ਹੈ ਜਿਸ ਨਾਲ ਕਿਹਾ ਜਾਂਦਾ ਹੈ ਕਿ ਪਹਿਲੀ ਵਾਰ ਜੇਲ੍ਹ ਗਏ ਸੀ ਨਹਿਰੂ ਜੀ ਉਸ ਜਗ੍ਹਾ ਤੇ ਗਏ ਸੀਗੇ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਨਹੀਂ ਹੋਈਆਂ ਕਿਉਂਕਿ ਇਹ ਬਹੁਤ ਪੁਰਾਣਾ ਕਿਲਾ ਸੀਗਾ ਪੁਰਾਣੇ ਸਮੇਂ ਦੇ ਉੱਤੇ ਰਾਜੇ ਮਹਾਰਾਜੇ ਕਿਲੇ ਬਣਾਉਂਦੇ ਸੀ ਇਹ ਕਿਲਾ ਸੀ ਕਿਲੇ ਦੇ ਵਿੱਚ ਉਸ ਵਕਤ ਕਾਲ ਕੋਠਰੀ ਬਣਾਈ ਗਈ ਸੀ ਮੇਰੇ ਯਾਦ ਆ ਮੇਰੇ ਪਿਤਾ ਜੀ ਲਾਲਾ ਭਗਵਾਨ ਦਾਸ ਜੀ ਜੋ ਸ਼ਹੀਦ ਹੋ ਗਏ ਸੀਗੇ ਔਰ ਫੂਡ ਸਪਲਾਈ ਮਨਿਸਟਰ ਰਹੇ ਆ 1988 ਦੇ ਵਿੱਚ 23 ਸਤੰਬਰ 1988 ਨੂੰ ਉਹਨਾਂ ਨੇ ਸ਼੍ਰੀ ਰਜੀਵ ਗਾਂਧੀ ਜੋ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਸਨ ਉਸ ਤੋਂ ਪਹਿਲਾਂ ਉਹਨਾਂ ਨੂੰ ਗੁਜਾਰਸ਼ ਕੀਤੀ ਕਿ ਤੁਸੀਂ ਉਹ ਜਗ੍ਹਾ ਦੇ ਉੱਤੇ ਆਓ ਜਿੱਥੋਂ ਕੇ ਤੁਹਾਡੇ ਪਰਿਵਾਰ ਨੇ ਆਪਣਾ ਰਾਜਨੀਤਿਕ ਜੀਵਨ ਆਰੰਭ ਕੀਤਾ ਸੀ ਤਾਂ 23 ਸਤੰਬਰ 1988 ਨੂੰ ਰਜੀਵ Gandhi ਜੀ ਆਏ ਉਹ ਜਗ੍ਹਾ ਦੀ ਵਿజిਟ ਕੀਤੀ ਤੇ ਉਹ ਜਗ੍ਹਾ ਨੂੰ ਸਮਾਰਕ ਬਣਾਉਣ ਵਾਸਤੇ ਉਹਨਾਂ ਨੇ ਉਸ ਸਮੇਂ ਦੇ ਉੱਤੇ ਫੰਡ ਵੀ ਮਾਇਆ ਕਰਾਇਆ ਅਨਫੋਰਚੂਨੇਟਲੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰਜੀਵ Gandhi ਜੀ ਦੀ ਇੱਕ ਸ਼ਹਾਦਤ ਹੋਈ ਉਹਨਾਂ ਦਾ ਵੀ ਮਰਡਰ ਕਰ ਦਿੱਤਾ ਗਿਆ ਤਾਂ ਮੈਂ ਉਸ ਤੋਂ ਬਾਅਦ ਜਿਹੜਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਿਆ ਤੇ ਸਾਡੇ راہਲ Gandhi ਜੀ ਨੂੰ ਜੋ ਕਿ ਰਜੀਵ ਗਾਂਧੀ ਜੀ ਦੇ ਬੇਟੇ ਸਨ ਉਹਨਾਂ ਨੂੰ ਉਸ ਸਮੇਂ ਮੈਂ ਗੁਜਾਰਸ਼ ਕੀਤੀ ਕਿਉਂਕਿ ਉਹ ਉਸ ਸਮੇਂ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਸਨ ਵੀ ਤੁਸੀਂ ਵੀ ਉਸ ਜਗ੍ਹਾ ਦੇ ਉੱਤੇ ਆਓ ਤੁਹਾਡੇ ਨਾਨਾ ਜੀ ਤੁਹਾਡੇ ਪਿਤਾ ਜੀ ਇਸ ਜਗਾ ਤੇ ਆਏ ਸਨ ਉਹਨਾਂ ਨੇ ਮੇਰੀ ਬੇਨਤੀ ਨੂੰ ਮੰਨਦੇ ਮੰਨਦੇ ਹੋਏ ਜੈਤੋ ਮੰਡੀ ਵਿਖੇ ਉਸ ਜਗ੍ਹਾ ਦੇ ਉੱਤੇ ਆਏ ਤੇ ਉਹਨਾਂ ਨੇ ਵੀ ਉਸ ਸਮੇਂ ਕੁਝ ਫੰਡ ਦਿੱਤੇ ਪਰੰਤੂ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਸ ਵਕਤ ਜੋ ਠੇਕੇਦਾਰ ਸਨ ਉਹਨਾਂ ਨੇ ਉਹ ਫੰਡਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਕੀਤੀ ਇਕ ਤਾਂ ਇਮਾਰਤ ਕਿਉਂਕਿ ਬਹੁਤ ਪੁਰਾਣਾ ਸੀ ਕਿਲਾ ਤੇ ਕੁਝ ਪ੍ਰੋਪਰ ਫੰਡਾਂ ਦੀ ਨਾ ਵਰਤੋਂ ਹੋਣ ਕਰਕੇ ਉਹ ਪਿਛੜੀਆਂ ਵਾਰਸਾਂ ਦੇ ਵਿੱਚ ਉਹਦਾ ਇੱਕ ਹਿੱਸਾ ਡੈਗ ਗਿਆ ਤੇ ਅਸੀਂ ਉਸ ਵਕਤ ਅਡਮਿਨਿਸਟ੍ਰੇਸ਼ਨ ਨੂੰ ਕਿਹਾ ਵੀ ਇਸ ਕੇਲੇ ਨੂੰ ਸੰਭਾਲਿਆ ਜਾਵੇ ਉਹਨਾਂ ਦੇ ਬੰਦੇ ਵੀ ਆਏ ਪਰ ਉਹਨਾਂ ਨੇ ਕਿਹਾ ਵੀ ਇਹ ਬਹੁਤ ਜਰਜਰ ਕੰਡੀਸ਼ਨ 'ਚ ਹੈ ਸੰਭਾਲਿਆ ਨਹੀਂ ਜਾ ਸਕਦਾ ਫਿਰ ਵੀ ਅਸੀਂ ਉੱਤੇ ਚਿੱਠੀਆਂ ਲਿਖੀਆਂ ਅਡਮਿਨਿਸਟ੍ਰੇਸ਼ਨ ਨੇ ਵੀ ਚਿੱਠੀਆਂ ਲਿਖੀਆਂ ਹੁਣ ਪਿਛਲੇ ਦਿਨੀ ਅਜੋ 5-7 ਦਿਨ ਤੋਂ ਬਾਰਿਸ਼ ਹੋਈ ਹੈ ਇਹਦੇ ਵਿੱਚ ਉਹ ਜਗ੍ਹਾ ਬਿਲਕੁਲ ਖੰਡਰਾਤ ਹੋ ਗਈ ਉਹ ਜਿਹੜੀ ਕਾਲ ਕੋਠੜੀ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਉੱਥੇ ਸਰ ਹੁਣ ਖਤਮ ਹੋ ਗਈ ਹੈ ਪਲੈਨਿੰਗ ਬੋਰਡ ਦੀ ਪਲੈਨਿੰਗ ਕਿਉਂ ਫੇਲ ਹੋਈ ਕਿਉਂਕਿ ਜਿਸ ਕਰਕੇ ਅੱਜ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਤੋਂ ਪੁਰਾਣੇ-ਪੁਰਾਣੇ ਚੀਜ਼ਾਂ ਜੋ ਕਿ ਸਾਮੀਆਂ ਹੋਈਆਂ ਨੇ ਇਸ ਨੂੰ ਕਿਉਂ ਨਹੀਂ ਸਾਮਿਆ ਗਿਆ ਕਿਉਂ ਜੋ ਫੰਡਸ ਆਏ ਸੀਗੇ ਉਹਨਾਂ ਦਾ ਗਲਤ ਇਸਤੇਮਾਲ ਹੋਇਆ ਅੱਜ ਮੋਮਨ ਸਦੀਕ ਜੋ ਤੋਂ ਮੈਂਬਰ ਪਾਰਲੀਮੈਂਟ ਨੇ ਦੱਸਿਆ ਉਹ ਵੀ ਕਿਤੇ ਜਾ ਕੇ ਉੱਥੇ ਨਹੀਂ ਦੇਖਿਆ ਕਾਂਗਰਸ ਦੀ ਇਤਿਹਾਸਿਕ ਚੀਜ਼ ਹੋਵੇ ਜਿਸ ਨੂੰ ਕਿ ਦੇਸ਼ ਨਾਲ ਜੁੜੀ ਹੋਈ ਉਸ ਨੂੰ ਕਾਂਗਰਸੀ ਨਾ ਸਾਮੇ ਤਾਂ ਕਿ ਨੇ ਕਾਂਗਰਸ ਨੇ ਸੰਭਾਲੀ ਅਸੀਂ ਵੀ ਮੇਰੇ ਪਿਤਾ ਜੀ ਨੇ ਵੀ ਰਜੀਵ ਗਾਂਧੀ ਨੂੰ ਬੁਲਾਇਆ ਮੈਂ ਵੀ راہਲ ਗਾਂਧੀ ਨੂੰ ਬੁਲਾਇਆ ਹੁਣ ਪਿੱਛੇ ਸਾਡੇ ਅਨਵਜ ਸਿੰਘ ਸਿੱਧੂ ਜੀ ਆਏ ਸੀ ਮੰਤਰੀ ਸੀਗੇ ਲੋਕਲ ਬਾਡੀ ਦੇ ਉਹਨਾਂ ਨੇ ਵੀ ਉਦੋਂ ਪੈਸੇ ਅਨਾਉਂਸ ਕੀਤੇ ਪਰੰਤੂ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਜਗ੍ਹਾ ਖੰਡਰ ਬਹੁਤ ਬੁਰਾ ਹਾਲ ਹੋ ਚੁੱਕਿਆ ਸੀ ਕਿਲੇ ਦਾ ਹੁਣ ਹੁਣ ਕੀ ਸੋਚਿਆ ਚਲੋ ਹੁਣ ਡਿੱਗ ਚੁੱਕੀ ਹੈ ਹੁਣ ਕੁਝ ਹਿੱਸਾ ਬਚਿਆ ਹੋਇਆ ਉਹਦਾ ਹਾਲਾਂਕਿ ਜਿਹੜੀ ਕੋਠਰੀ ਦੀ ਗੱਲ ਕਰ ਰਹੇ ਤੁਸੀਂ ਉਹ ਵੀ ਅਟੈਚ ਉਹ ਸਿਰਫ ਦਰਵਾਜ਼ਾ ਹੀ ਉਹਦਾ ਡਿੱਗਿਆ ਹੋਇਆ ਹੁਣ ਦਿਖਾਈ ਦੇ ਰਿਹਾ ਹੁਣ ਕੀ ਸੋਚਿਆ ਕੀ ਕੀਤਾ ਜਾਵੇਗਾ ਇਸਦਾ ਤੇ ਮੈਂ ਐਡਮਿਨਿਸਟ੍ਰੇਸ਼ਨ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਗੁਜਾਰਸ਼ ਕੀਤੀ ਆ ਉਹਨਾਂ ਨੂੰ ਮੈਂ ਆਪਣੇ ਰਾਹੀਂ ਇਹ ਬੇਨਤੀ ਵੀ ਕੀਤੀ ਆ ਕਿ ਇਹ ਜਗ੍ਹਾ ਨੂੰ ਬਿਲਕੁਲ ਖਤਮ ਨਾ ਕੀਤਾ ਜਾਵੇ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਸਮਾਰਕ ਜਾਂ ਅੱਜਕੱਲ ਦੇ ਸਮੇਂ ਦੇ ਮੁਤਾਬਕ ਕੋਈ ਕੋਠਰੀ ਐਸੀ ਬਣਾਈ ਜਾਵੇ ਜੋ ਬਾਹਰੋਂ ਲੋਕ ਆਉਣ ਤਾਂ ਦੇਖਣ ਵੀ ਇਹ ਜਤੋਂ ਇੱਕ ਹੈਗਾ ਔਰ ਮੈਨੂੰ ਪੂਰਨ ਉਮੀਦ ਆ ਵੀ ਇਹ ਬਣਾ ਕੇ ਛੱਡਾਂਗੇ ਅਸੀਂ ਲਾਜਵੀਰ ਜੀ ਤਾ ਗੋਲਸਾ ਸਾਡਾ ਨਾ ਮੌਜੂਦ ਸੀਗੇ ਜੈਤੋ ਜ਼ਿਲ੍ਹਾ ਪਲੈਨਿੰਗ ਜੈਤੋ ਦੇ ਪਲੈਨਿੰਗ ਬੋਰਡ ਦੇ ਚੇਅਰਮੈਨ ਨੇ ਤਾਂ ਸਾਰੇ ਗੱਲ ਤੁਸੀਂ ਸੁਣੀ ਹੈ ਹਾਲਾਂਕਿ ਸਵਾਲ ਉਹੀ ਖੜੇ ਹੁੰਦੇ ਜੇਕਰ ਇੰਨੇ ਸਮੇਂ ਤੋਂ ਇਸ ਇਤਿਹਾਸਿਕ ਚੀਜ਼ ਨੂੰ ਸੰਭਾਲਿਆ ਨਹੀਂ ਗਿਆ ਫੰਡਸ ਵੀ ਆਏ ਤਾਂ ਉਹਨਾਂ ਦੀ ਕਿਤਾਂ ਦੀ ਦੁਰਵਰਤਤਾ ਹੋਈ ਤਾਂ ਇਹ ਅੱਜ ਦੇ ਦਿਨ ਦੇਖਣਾ ਪਿਆ ਹੈ ਕਿ ਜੈਤੋ ਜੋ ਕਿਲਾ ਬੋਲੀਆਂ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਜੈਤੋ ਦਾ ਕਿਲਾ ਟਪਾਦੂ ਜੱਗੜੀ ਮਾ ਦੀ ਗੱਲ ਉਹ ਚੀਜ਼ਾਂ ਅਤੇ ਜੋ ਨਹਿਰੂ ਜੀ ਨਾਲ ਜੋ ਜੁੜੀ ਹੋਈ ਚੀਜ਼ ਸੀਗੀ ਉਹ ਕੋਠੜੀ ਜਿਸ ਵਿੱਚ ਕੀ ਉਹਨਾਂ ਦੀ ਰਾਜਨੀਤਿਕ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਪਹਿਲੇ ਗ੍ਰਿਫਤਾਰੀ ਉਤੋ ਹੀ ਸੀ ਉਹ ਐਫ ਆਈ ਆਰ ਦੇ ਕਾਪੀ ਵੀ ਹੁਣ ਤੱਕ ਵੀ ਉੱਥੇ ਜੋ ਹੈ ਮੌਜੂਦ ਹੈਗੀ ਹੈ ਫਿਲਹਾਲ ਦੇਖਦੇ ਆ ਕਿ ਸਰਕਾਰਾਂ ਇਸ ਬਾਰੇ ਕਦੋਂ ਸੋਚਦੀਆਂ ਤੇ ਜੋ ਇਤਿਹਾਸ ਖਤਮ ਹੁੰਦਾ ਜਾ ਰਿਹਾ ਇਸ ਨੂੰ ਕਦੋਂ ਤੱਕ ਸੰਭਿਆ ਜਾਵੇਗਾ ਫਰੀਦਕੋਟ ਤੋਂ ਕੈਮਰਾ ਪਰਸਾ ਰਾਜੇਸ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਾ ਟੀਵੀ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648